ਹਾਂਜੀ, ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ। ਮੇਰੇ ਵੀਰੋ, ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੂਰਨਾਮੈਂਟ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਅੱਜ ਕਿੱਥੇ ਸਿਰਾ ਲੱਗਣਾ। ਉਸ ਤੋਂ ਪਹਿਲਾਂ ਨਵੇਂ ਆਏ ਹਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਕਬੱਡੀ ਦੀਆਂ ਵੀਡੀਓ ਇਸ ਚੈਨਲ 'ਤੇ ਆਪਾਂ ਪਾਉਂਦੇ ਰਹਿੰਦੇ ਹਾਂ ਅਤੇ ਪਾਉਂਦੇ ਰਹਾਂਗੇ। ਸਬਸਕ੍ਰਾਈਬ ਨਹੀਂ ਕਰਦੇ ਜ਼ਰੂਰ ਕਰਕੇ ਜਾਇਓ। ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਦੇ ਦਿਨ ਦਾ ਤੁਹਾਨੂੰ ਖੋਖਰ ਦੇ ਵਿੱਚ ਵਜਣੀ ਭਾਰ ਵਰਗ ਦੇ ਮੈਚ ਬਠਿੰਡੇ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਣੇ ਆ। 75 ਕਿਲੋ ਤੋਂ ਲੈ ਕੇ ਜਾਣੀ ਕਿ ਵਧੀਆ ਜੋ ਹੈ ਵਜਣੀ ਭਾਰ ਵਰਗ ਦੇ ਮੈਚ ਇੱਥੇ ਕਰਵਾਏ ਜਾਣੇ ਆ। ਗੁਰਦਾਸ ਨੰਗਲ ਮਾਝੇ ਇਲਾਕੇ 'ਚ ਵੀ ਅੱਜ 4 ਚੋਟੀ ਦੀਆਂ ਕਲੱਬਾਂ ਪਹੁੰਚ ਰਹੀਆਂ। 71 ਤੇ 61 ਹਜ਼ਾਰ ਪਹਿਲਾਂ ਅਤੇ ਦੂਜਾ ਇਨਾਮ ਆ ਖਡੂਰ ਸਾਹਿਬ ਨੜਾਂ ਵਾਲੀ ਦੀ ਕਮਾਂਡ ਦੀ ਟੀਮ 4 ਚੋਟੀ ਦੀਆਂ। ਇੱਥੇ ਮੇਰੇ ਵੀਰੋ ਟੀਮਾਂ ਨੇ ਪਹੁੰਚਣਾ ਅਤੇ ਸਰਾਏ ਦੇ ਖਿਡਾਰੀ ਇੱਥੇ ਵੀ ਖੇਡਣਗੇ। ਅੱਜ ਮੇਰੇ ਵੀਰੋ ਤੁਹਾਨੂੰ ਅਗਲਾ ਟੂਰਨਾਮੈਂਟ ਟੌਪ ਦਾ ਕੱਪ ਕਵਾਂ ਤਾਂ ਮਾੜੀ ਦਾ ਮੇਲਾ ਦੁਨੀਆ ਭਰ 'ਚ ਮਸ਼ਹੂਰ ਆ ਮੇਰੇ ਵੀਰੋ। ਉਸ ਮੇਲੇ 'ਤੇ ਅੱਜ 1,75,000 ਪਹਿਲਾਂ ਅਤੇ ਦੂਜਾ ਇਨਾਮ ਆ ਓਪਨ ਦੇ ਮੈਚ ਆ। 3 ਖਿਡਾਰੀ ਬਾਹਰੋਂ ਆ ਅਤੇ ਡੱਗੋ ਵਾਲਾ ਸ਼ਰਨੇ ਹੁਣੀ ਬਲਕਰਨ ਕਲਿਆਣਾ ਵਾਲਾ ਦਿਆਲਪੁਰੀ ਆ ਮੇਰੇ ਵੀਰੋ। ਟੌਪ ਦੇ ਖਿਡਾਰੀ ਇੱਥੇ ਖੇਡਣੇ ਆ। ਦੁੱਗਾਂ ਵਾਲਾ ਖੁਸ਼ੀ ਤਾਂ ਸ਼ਾਇਦ ਹੀ ਖੇਡੇ, ਬਾਕੀ ਉਹ ਪੰਜਾਬ ਦੇ ਵਿੱਚ ਹੀ ਆ। ਜੇ ਕਿਤੇ ਵੀ ਪਤਾ ਲੱਗਦਾ ਉਹਨੇ ਖੇਡਣਾ ਉਹ ਵੀ ਦੱਸਾਂਗੇ। ਸ਼ੀਲੂ ਤਾਂ ਜੋ ਹੈ ਨਹੀਂ ਖੇਡੂਗਾ ਅੱਜ। ਪੱਬੀਆਂ ਦੇ ਵਿੱਚ ਜਗਰਾਓ ਇਲਾਕੇ ਦੇ ਵਿੱਚ ਵੀ ਮੇਰੇ ਵੀਰੋ 1,25,000 ਓਪਨ ਦਾ ਪਹਿਲਾ ਇਨਾਮ ਰੱਖਿਆ ਗਿਆ। ਟੌਪ ਦੇ ਖਿਡਾਰੀ ਅੱਜ ਪੱਬੀਆਂ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਆ ਮੇਰੇ ਵੀਰੋ। ਸਿਰੇ ਦੇ ਖਿਡਾਰੀ ਇੱਥੇ ਵੀ ਖੇਡਣੇ ਆ। ਜਸ਼ਨ ਆਲਮਗੀਰ ਵਰਗੇ ਤੁਹਾਨੂੰ ਟੌਪ ਦੇ ਮੱਲ ਦੇਖਣ ਨੂੰ ਮਿਲਣੇ ਆ। ਇਹ ਤੁਹਾਨੂੰ ਵੱਡੀ ਅਪਡੇਟ ਮੇਰੇ ਵੀਰੋ ਅੱਜ ਦੇ ਕੱਪਾਂ ਬਾਰੇ ਦੱਸਣਾ ਸੀ। ਭਗੜਾਣੇ ਦਾ ਮੇਲਾ ਵੀ ਅੱਜ ਸ਼ੁਰੂ ਹੋ ਚੁੱਕਿਆ, ਜਿੱਥੇ ਕਿ ਬੈਸਟ ਰੇਡਰ ਅਤੇ ਜਾਫੀ ਨੂੰ 4 ਟਰੈਕਟਰ ਰੱਖੇ ਗਏ ਆ ਮੇਰੇ ਵੀਰੋ। ਅੱਜ ਤੋਂ ਉਹ ਵੀ ਮੇਲੇ ਦੀ ਸ਼ੁਰੂਆਤ ਆ ਅਤੇ ਕੱਲ੍ਹ ਨੂੰ ਉੱਥੇ ਵੀ ਪਤਾ ਲੱਗਣਾ ਵੀ ਟਰੈਕਟਰ ਕਿਹਨੇ ਜਿੱਤਣੇ ਆ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ। ਲਾਈਕ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਗਰੁੱਪਾਂ 'ਚ। ਧੰਨਵਾਦ।